केपीडी न्यूज़, हक सच और इंसाफ की आवाज। केपीडी न्यूज़, हक सच और इंसाफ की आवाज। जालंधर बस स्टैंड से ऑटो में अपने घर जा रहे 35 वर्षीय युवक को कुछ अज्ञात युवकों ने तेजधार हथियारों से जख्मी कर वहां से भाग निकले। सूत्रों से मुताबिक ऑटो के आगे मोटरसाइकिल रोककर युवक को ऑटो से बाहर निकालकर तेजधार हथियार से उस पर कई वार किए। युवक की गर्दन पर और हाथ की 3 उंगलियों को काटा गया। युवक को जालंधर के हॉस्पिटल में दाखिल करवाया गया है। यह घटना जालंधर के ग्लोबल हॉस्पिटल से आगे बैंक वाली गली के बाहर बताई गई है। डॉक्टर के मुताबिक मरीज अभी 24 घंटे के खतरे में है। 24 घंटे बाद ही हालात बारे बताया जा सकता है। खुशबू पंजाब दी के लिए जालंधर से कैमरामैन जीवेश गिल के साथ रवि गिल की विशेष रिपोर्ट। ਵਾਸੀ ਨੇੜੇ ਕੈਥੋਲਿਕ ਚਰਚ ਬੂਟਾ ਪਿੰਡ ਤੇ ਮੁੰਡਾ ਕੰਮ ਕਰਦਾ ਗਰਾਇਆ ਤੇ ਗਰਾਇਆ ਤੋਂ ਛੁੱਟੀ ਕਰਕੇ ਤਕਰੀਬਨ ਡੇਲੀ ਅਪ ਜਾਂਦਾ ਤੇ ਡੇਲੀ ਆਉਂਦਾ 7:30 ਦੀ ਵਾਈਫ ਨੇ ਇਹਨੂੰ ਫੋਨ ਕੀਤਾ ਸਹੀ ਤਾਂ ਨੇ ਵੀ ਕਿੱਥੇ ਹੋ ਕਿ ਆ ਰਹੇ ਹੋ ਉਹ ਕਹਿੰਦਾ ਬਸ ਮੈਂ ਬੱਸ ਸਟੈਂਡ ਦੇ ਲਾਗੇ ਆ ਪਹੁੰਚ ਜਾਂਦਾ 7:40 'ਤੇ ਉੱਥੇ ਆਟੋ 'ਚ ਬਹਿ ਗਿਆ ਬਾਹਰੋਂ ਸਤਲੁਜ ਚੌਂਕ ਤੋਂ ਮੁੜ ਕੇ 8 ਫੋਨ ਕੀਤਾ ਤਾਂ ਬੰਦ ਆਇਆ ਜਦੋਂ ਪਤਾ ਲੱਗਿਆ ਉੱਥੇ ਪਹੁੰਚਿਆ ਜੈਰਸ ਲੈਬ ਦੇ ਲਾਗੇ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਇਹਨੂੰ ਰੋਕ ਕੇ ਵਿੱਚੋਂ ਕੱਢ ਕੇ ਇਹਦੀ ਬੈਕ ਸਾਈਡ 'ਤੇ ਧੌਣ 'ਤੇ ਡਾਂਟ ਮਾਰਿਆ ਉੱਥੇ ਗਏ ਸੀ ਜਿਹੜੀ ਉੱਥੇ ਸਾਹਮਣੇ ਆਊਗੀ ਗੱਲ ਸਰ ਜਿੱਦਾਂ ਪਤਾ ਲੱਗਾ ਕਿ ਜਿਹੜਾ ਜਿਹਨੇ ਦਾਤ ਵਗੈਰਾ ਮਾਰੇ ਇੱਕ ਮੁੰਡਾ ਬੱਸ ਸਟੈਂਡ ਤੋਂ ਨਾਲ ਇਹਦੇ ਬਹਿ ਕੇ ਆਇਆ ਸੀ ਆਟੋ ਵਿੱਚ ਬੈਠਾ ਆਟੋ ਵਾਲਾ ਦੱਸਦਾ ਅੱਛਾ ਜੀ ਵਰਿੰਦਰ ਕੁਮਾਰ ਜਿਹੜਾ ਆਟੋ ਡਰਾਈਵਰ ਆ ਉਹ ਦੱਸਦਾ ਕਿ ਇੱਕ ਬੰਦਾ ਵਿੱਚ ਬੈਠਾ ਸੀ ਨਾਲ ਉਹ ਜਿਹਨੇ ਬਾਹਰ ਕੱਢਦੇ ਸੀ ਉਹ ਨਿਕਲਿਆ ਨਹੀਂ ਬਾਹਰ ਅਤੇ ਪਿੱਛੋਂ ਕਿਸੇ ਨੇ ਡਾਂਟ ਮਾਰ ਕੇ ਉਹਦੇ ਸੱਟ ਮਾਰੀ ਆ ਆਪਣੇ ਸਟੇਟਮੈਂਟ ਹੋ ਗਈ ਉਸ ਹਿਸਾਬ ਨਾਲ ਬਾਜੀ ਕਰ ਰਹੀ ਸਰ ਕੀ ਨਾਮ ਆਪਣਾ ਐਸਆਈ ਕੇਸ਼ਪਾਲ ਥਾਣਾ ਗਵੀਨ ਬਸ਼ੇਰੀ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल केपीडी न्यूज़, हक सच और इंसाफ की आवाज़ आपको रखे सबसे आगे।